ਬਸ ਪਿੰਡ ਵਾਲਿਆਂ ਦਾ ਧੰਨਵਾਦ ਅਤੇ ਵਾਹਿਗੁਰੂ ਦਾ ਧੰਨਵਾਦ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਸਹਿਮਤੀ ਦੇ ਨਾਲ ਸਾਨੂੰ ਸਰਪੰਚ ਚੁਣਿਆ, ਬਸ ਧੰਨਵਾਦ ਹੀ ਕਰਨਾ ਚਾਹਾਂਗੇ। ਤੁਹਾਡੇ ਮਨ ਦੇ ਵਿੱਚ ਕੀ ਇੱਛਾਵਾਂ ਹੈ ਪਿੰਡ ਦੇ ਵਿਕਾਸ ਦੇ ਲਈ, ਪਿੰਡ ਦੇ ਕਿੰਨੇ ਕੰਮ ਤੁਹਾਡੇ ਮਨ ਦੇ ਵਿੱਚ ਕਰਨ ਦੀ ਹੈ? ਜੋ ਵੀ ਪਿੰਡ ਦਾ ਕੰਮ ਰਹਿੰਦਾ ਹੋਇਆ ਹਾਂਜੀ ਉਹ ਜ਼ਰੂਰ ਕਰਾਂਗੇ। ਹਾਂਜੀ, ਸਭ ਤੋਂ ਵੱਡਾ ਸ਼ੁਕਰਾਨਾ ਕਿਹਦਾ ਕਰੋਗੇ ਤੁਸੀਂ? ਪਰਮਾਤਮਾ ਦਾ, ਉਸ ਵਾਹਿਗੁਰੂ ਦਾ। ਤੁਹਾਨੂੰ ਔਰਤਾਂ ਨੂੰ ਜਿਹੜਾ ਅਧਿਕਾਰ ਸਰਕਾਰ ਨੇ ਦਿੱਤਾ ਸੀ ਉਸੀ ਤਹਿਤ ਤੁਸੀਂ ਅੱਜ ਲੇਡੀਜ਼ ਸਰਪੰਚ ਚੁਣੇ ਗਏ ਹੋ। ਲੇਡੀਜ਼ ਦੇ ਪ੍ਰਤੀ ਤੁਹਾਡੇ ਜਿਹੜੇ ਕੰਮ ਹੈ ਪਿੰਡ ਦੇ ਵਿੱਚ ਹੁੰਦੇ ਹੈ, ਉਹਨਾਂ ਦੇ ਲਈ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਇੱਛਾਵਾਂ ਹੈ ਕੰਮ ਕਰਨ ਦੀਆਂ? ਕੋਈ ਵੀ ਲੇਡੀਜ਼ ਦਾ ਕੋਈ ਵੀ ਮੁੱਦਾ ਹੋਇਆ ਹਾਂਜੀ ਉਹਦੇ ਵਾਸਤੇ ਅਸੀਂ ਕੰਮ ਕਰਾਂਗੇ। ਤੁਹਾਡਾ ਕੀ ਨਾਮ? ਰਜਿੰਦਰ ਸਿੰਘ ਜੀ। ਹਾਂ ਰਜਿੰਦਰ ਸਿੰਘ, ਤੁਹਾਡੇ ਘਰੋਂ ਸਰਪੰਚ ਚੁਣੇ ਗਏ, ਕਿਆ ਕਹਿਣਾ ਪਿੰਡ ਵਾਸੀਆਂ ਨੂੰ, ਤੁਸੀਂ ਕਿਆ ਕਹੋਗੇ? ਪਿੰਡ ਵਾਸੀਆਂ ਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਪਰਮਾਤਮਾ ਦਾ ਧੰਨਵਾਦ ਜੀ। ਸਾਰੇ ਨਗਰ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ, ਜਿਹੜਾ ਸਾਡੇ 40-50 ਸਾਲ ਬਾਅਦ ਪਹਿਲੀ ਵਾਰੀ ਸੰਮਤੀ ਹੋਈ ਹੈ ਜੀ, ਅਤੇ ਸਾਰੇ ਪਿੰਡ ਦਾ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ। ਨਹੀਂ ਤਾਂ ਪਹਿਲਾਂ ਜਿਹੜੀ ਚੋਣ ਹੁੰਦੀ ਸੀ ਕੋਈ ਇੱਕ ਪਾਰਟੀ ਦਾ ਬਣ ਜਾਂਦਾ ਸੀ, ਅੱਧੇ ਕੰਮ ਅੱਧਿਆਂ ਦੇ 'ਤੇ ਰਹਿ ਹੀ ਜਾਂਦੇ ਹਨ, ਅਤੇ ਅਸੀਂ ਕਿਸੇ ਦੇ ਮਤਲਬ ਈਰਖਾ ਕਿਸੇ ਦੇ ਨਹੀਂ ਕਰਨੀ। ਠੀਕ, ਜੋ ਕੰਮ ਹੈ ਕਿਸੇ ਦਾ ਵੀ ਸਾਰਿਆਂ ਦਾ ਇੱਕੋ ਬਰਾਬਰ ਚੱਲੇਗਾ ਜੀ। ਮੈਂ ਸਮਝਣਾ ਕਿ ਸਾਡੇ ਪਿੰਡ ਨੇ ਦੋਹਰੀ ਜਿਹੜੀ ਜੰਗ ਉਹ ਜਿੱਤ ਲਈ ਹੈ। ਇੱਕ ਤਾਂ ਜੰਗ ਇਹ ਸੀ ਵੀ ਅਸੀਂ ਵਿਕਾਸ ਲਈ ਜਿਹੜੀ ਪੈਸੇ ਦੀ ਗ੍ਰਾਂਟ ਮੰਗਦੇ ਹਾਂ ਉਹ 5 ਲੱਖ ਰੁਪਇਆ ਸਾਨੂੰ ਮਿਲੇਗਾ, ਨੰਬਰ ਇੱਕ। ਅਤੇ ਨੰਬਰ ਦੋ, ਲੰਬੇ ਸਮੇਂ ਤੋਂ ਸਾਡੀ ਜਿਹੜੀ ਸਰਬਸੰਮਤੀ ਦੀ ਮੰਗ ਸੀ ਉਹ ਪੂਰੀ ਹੋਈ ਹੈ, ਇਸ ਲਈ ਅਸੀਂ ਗੁਰੂ ਦਾ, ਪਿੰਡ ਦਾ, ਨਗਰ ਨਿਵਾਸੀਆਂ ਦਾ, ਹਰ ਬਸ਼ਰ ਦਾ, ਹਰ ਸ਼ਖਸ ਦਾ ਧੰਨਵਾਦ ਕਰਦੇ ਹਾਂ ਕਿ ਉਹ ਖੁਸ਼ੀ ਦੇ ਪਲ ਅਤੇ ਇਹ ਜਿੱਤ ਅਤੇ ਸੰਮਤੀ ਜਿਹੜੀ ਉਹ ਸਾਡੀ ਝੋਲੀ 'ਚ ਪਾਈ ਹੈ, ਇਸ ਲਈ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਔਰ ਅਸੀਂ ਪਿੰਡ ਦੇ ਵਿਕਾਸ ਵਿਚਾਰ ਪਹਿਲਾਂ ਵੀ ਸਦਾ ਕੁਲਦੀਪ ਸਿੰਘ ਹਰਾਂ ਨਾਲ, ਹਰਿੰਦਰ ਸਿੰਘ ਹਰਾਂ ਨਾਲ, ਇਹਨਾਂ ਨਾਲ ਹੋ ਰਹੀ ਸੀ, ਇਹ ਕਹਿੰਦੇ ਵੀ ਅਸੀਂ ਨਿਰਪੱਖਤਾ ਨਾਲ ਪਿੰਡ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਸਾਰੇ ਦੇ ਸਾਰੇ ਕਰ ਦਿਆਂਗੇ, ਭਾਵੇਂ ਉਹ ਐਜੂਕੇਸ਼ਨ ਦਾ ਹੈ, ਭਾਵੇਂ ਉਹ ਡਿਸਪੈਂਸਰੀ ਦਾ ਹੈ, ਭਾਵੇਂ ਸਿਹਤ ਸੇਵਾਵਾਂ ਦਾ ਹੈ, ਭਾਵੇਂ ਪਿੰਡ ਦੇ ਵਿਕਾਸ ਦਾ ਹੈ, ਭਾਵੇਂ ਖਾਸ ਕਰਕੇ ਗਰਾਊਂਡ ਦਾ ਹੈ, ਨੌਜਵਾਨਾਂ ਦੇ ਲਈ ਇੱਕ ਮੈਦਾਨ ਦੀ ਲੋੜ ਹੈ ਉਹਦੇ ਨੇ, ਜਾਂ ਇਸ ਤੋਂ ਇਲਾਵਾ ਵੀ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਜਿਹੜੇ ਵਿਕਾਸ ਨੇ ਉਸ ਲਈ ਪਹਿਲ ਦੇ ਆਧਾਰ 'ਤੇ ਅਸੀਂ ਇਹ ਕੰਮ ਜਿਹੜੇ ਨੇ ਸਾਰੇ ਕਰਾਂਗੇ। ਔਰ ਅਸੀਂ ਫਿਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਪਿੰਡ ਵਾਸੀਆਂ ਦੇ ਮਸ਼ਕੂਰ ਹਾਂ, ਸਾਡਾ ਰੋਮ ਰੋਮ ਰਿਣੀ ਹੈ ਉਹਨਾਂ ਦੀ। ਸਮਾਣਾ ਉਪ ਮੰਡਲ ਦੇ ਪਿੰਡ ਫਤਿਹਪੁਰ ਦੀ ਮਨਦੀਪ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ, ਔਰ ਮਨਦੀਪ ਕੌਰ ਨੇ ਕਿਹਾ ਕਿ ਜੋ ਸਰਕਾਰ ਨੇ ਕਿਹਾ ਥਾ ਸਾਡੇ ਪਿੰਡ ਵਾਸੀਆਂ ਵੱਲੋਂ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਪਿੰਡ ਦੇ ਵਿੱਚ ਜਿੰਨੇ ਵਿਕਾਸ ਕੰਮ ਹੈ, ਭਾਵੇਂ ਹੈਲਥ ਦਾ, ਸਿੱਖਿਆ ਦਾ, ਜਾਂ ਨੌਜਵਾਨਾਂ ਦੇ ਲਈ ਸਟੇਡੀਅਮ ਦਾ, ਹਰ ਕੰਮ ਨੂੰ ਮੈਂ ਪਹਿਲ ਦੇ ਆਧਾਰ 'ਤੇ ਕਰਾਂਗੀ। ਜੋ ਸਰਕਾਰ ਮੈਨੂੰ ਜਿਸ ਤਰ੍ਹਾਂ ਸਰਕਾਰ ਨੇ ਐਲਾਨ ਕੀਤਾ ਮਦਦ ਕੀਤੀ ਜਾਵੇਗੀ ਸਰਬਸੰਮਤੀ ਵਾਲੀ ਪੰਚਾਇਤ ਦੀ, ਉਸਕੇ ਤਹਿਤ ਮੈਂ ਦਿਲ ਤੋਂ ਹਰ ਪਿੰਡ ਦੇ ਵਾਸੀ ਦਾ ਕੰਮ ਹੋਗਾ ਉਹ ਮੈਂ ਪੂਰਾ ਕਰਾਂਗੀ। ਔਰ ਜਿਹੜੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਉਸ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਹੈ ਉਹ ਕਾਇਮ ਰਹੇਗਾ। 45 ਸਾਲ ਬਾਅਦ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਨਾਲ ਮਨਦੀਪ ਕੌਰ ਨੂੰ ਸਰਪੰਚ ਚੁਣਿਆ ਗਿਆ।